ਨੇ پیسے ਦੇਹਲਦੀ ਬਚਾਈ ਮੇਰੇ ਘਰ ਆਣਾ ਜਾਣਾ ਸ਼ੁਰੂ ਕਰਤਾ ਉਹਦੇ ਬਾਅਦ ਉਹਨੇ ਮੈਨੂੰ ਦੁੱਖ ਭਰੀਆਂ ਸਟੋਰੀਆਂ ਸੁਣਾਉਣੀਆਂ ਸ਼ੁਰੂ ਕਰਤੀਆਂ ਕਿ ਮੈਂ ਆਪਣੀ ਵਾਈਫ ਤੋਂ ਬਹੁਤ ਦੁਖੀ ਐਨ। ਦੇਸ਼ ਭੇਜਣ ਤੋਂ ਬਾਅਦ ਮੇ ਵੀ ਕੋਈ 6 ਮਹੀਨੇ ਬਾਅਦ ਉਹਦੇ ਲੜਕੇ ਨੇ ਉਸੇ ਸ਼ਰਾਬੀ ਟਿਸ਼ੂ ਕਰ ਦਿੱਤੀ ਜਿਸ ਰਕਾਰ ਨੂੰ ਉਸੇ ਦੁਬਈ ਨੇ ਪੁਲਿਸ ਨੇ ਫੜ ਕੇ 3 ਮਹੀਨੇ ਅਰੈਸਟ ਕਰਨ ਤੋਂ ਬਾਅਦ ਵਾਪਸ ਕਿੱਥੇ ਫਿਰ ਮੈਂ ਆਪਣੀ ਵੋਟੀ ਦਾ ਤਲਾਕ ਦਾ ਕਾਗਜ਼ ਲਾ ਦਿੱਤਾ ਆ ਤਾਂ ਕਿਉਂ ਨਾ ਸੀ ਆਪਣੀ ਇੱਕ ਛੋਟੀ ਜੀ ਫੈਮਿਲੀ ਬਣਾ ਕੇ ਫੜ ਜੀਏ। ਉਹ ਤਾਂ ਮੈਨੂੰ ਕੁਝ ਪਿਆਦਾ ਕਿ ਉਸ ਦੀ મਨછા ਕੀ ਹੈ ਉਹ ਕਿਉਂ બોਲਦੀ ਵੀ ਇਸ ਚੀਜ਼ ਦਾ ਮੈਨੂੰ ਨਹੀਂ ਪਤਾ। ਤੁਹਾਨੂੰ ਮਰੀਆਂ ਬਣਾ ਲਈਆਂ ਸੀ ਪਹਿਲਾਂ ਹੀ ਉਹ ਚਲੋ ਮੈਂ ਮੰਨਦੀ ਆਂ ਉਹ ਮੈਂ ਨੂੰ ਘਰ ਵਾਲਾ ਸਮਝਦੀ ਰਹੀ ਆਂ ਕਿ ਮੇਰਾ ਘਰ ਵਾਲਾ ਇਹਨੇ ਰਗਾ ਮੰਦੀ ਤੋਂ ਮੇਰੀ ਹਾਇਤ ਸੀ ਕੋਈ ਦੋ ਚਾਰ ਵੀਡੀਓ ਭੇਜੇ ਉਹ ਹੈਗੀ ਐਨੇ ਬਾਅਦ ਚ ਮੈਨੂੰ ਉਹ ਯੂ ਵੀਡੀਓ ਵਖਾ ਕੇ ਮੈਨੂੰ ਕਹਿੰਦਾ ਕਿ ਹੁਣ ਫਿਰ ਯਾਰਾ ਦੋਸਤਾਂ ਨਾਲ ਵੀ ਸੁਣੋ ਨਹੀਂ ਕੰਮ ਤਾਂ ਪ੍ਰੋਫੈਸ਼ਨਲ ਬੰਦਾ ਰਹਾ ਆਪਣਾ ਕੰਮ ਨਾਲ ਮਤਲਬ ਹੁੰਦਾ ਆ ਮੇਰੇ ਮੋਬਾਈਲ ਤੇ ਹੈਗੀ ਮੇਰੀ ਫੈਮਲੀ ਸਭ ਮੇਰੇ ਮਦਰ ਬੈਠੇ ਮੇਰੀ ਵਾਈਫ ਬੈਠੇ ਹੈ ਕਿ ਮੈਂ ਇਹੋ ਜੀ ਵੀਡੀਓ ਸ ਆਪਣੇ ਮੋਬਾਈਲ ਚਾਲ ਸਕਦਾ ਆ ਕਿ ਇਹ ਮੈਨੂੰ ਕਹਿੰਦਾ ਮੇਰੇ ਦੋਸਤਾਂ ਦੇ ਨਾਲ ਜੇ ਕਰਨਗੀ ਇਹ ਕੰਮ ਤੇ ਮੈਂ ਫੇਰ ਤੇ ਨਾ ਵਿਆਹ ਤੇ ਮੈਂ ਹੀ ਕੀਤਾ ਜਾਂ ਕਰਾਣਾ ਆ ਅੱਗੇ ਜਾ ਕੇ ਕਹਿੰਦਾ ਵਿਆਹ ਮੈਂ ਹੀ ਕਰਾਣਾ ਨਾ ਤੇਨਾਂ ਤਾਂ ਤੂੰ ਕਰ ਜੇ ਮੈਨੂੰ ਉਤਰਾਜ ਨਹੀਂਗਾ ਪਰ ਮੈਨੂੰ ਉਤਰਾਜ ਆਗਾ ਮੈਂ ਗਲਤ ਕੰਮ ਨਹੀਂ ਕਰਨਾ ਇਹ ਮੈਨੂੰ ਜ਼ਬਰਦਸਤੀ ਇਹ ਕੰਮ ਚੁੱਤਕੇ ਇੱਥੇ ਆ ਪਿਆ ਮੈਂ ਕਹਿੰਦਾ ਮੈਨੂੰ ਪ੍ਰੂਫ ਕਰ ਦੇ ਕਿ ਮੈਂ ਇੱਕ ਰਾਤ ਦੇ ਘਰ ਰਿਹਾ ਮੈਨੂੰ ਪ੍ਰੂਫ ਕਰ ਦੇ ਠੀਕ ਹੈ ਜਿਹੜਾ ਜੋ ਐਲੀਗੇਸ਼ਨ ਹੋਏਗਾ ਮੈਂ ਮਜੂਰ ਹੋਇਗਾ ਫਿਰ ਮੈਨੂੰ ਵੀਡੀਓ ਕਿਉਂ ਬਣਵਾਦਾਂ ਕਰ ਮੇਰੀ ਇਕੱਦੀ ਰਜ਼ਾਮੰਦੀ ਨਾ ਹੋਈ ਹੈ ਕਿ ਮੇਰਾ ਘਰ ਬੱਲਾ ਇੰਨੇ ਮੈਨੂੰ ਕੁਝ ਗੱਲਾਂ ਇਹੋ ਜਿਹੀਆਂ ਕਹੀਆਂ ਸੀ ਕਿ ਮੈਂ ਆਪਣੀ ਜਨਾਨੀ ਨੂੰ ਪਸੰਦ ਨਹੀਂ ਕਰਦਾ ਤੇ ਮੈਂ ਉਹਦੇ ਨਾਲ ਫਿਜ਼ੀਕਲ ਨਹੀਂ ਹੋਣਾ ਚਾਹੁੰਦਾ ਤੇ ਮੈਂ ਉਹਦੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦਾ ਜਿਹੜੇ ਲਫ਼ਜ਼ ਨੇ ਮੈਨੂੰ ਇਹ ਆ ਕੇ ਹਾਂ ਜਦੋਂ ਮੈਨੂੰ ਮੈਨੂੰ ਇਡੀਟੇਟ ਕਰੋਗੀ बार-बार ਕਾਲਸ ਕਰੋਗੀ ਮੈਂ ਨੰਬਰ ਤੇ ਬਲੌਕਸ ਪਾਏ ਆ ਠੀਕ ਹੈ ਨੰਬਰ ਬਦਲ ਬਦੇ ਕਾਲਸ ਕਰੋਗੀ ਤਾਂ ਫਿਰ ਤਾਂ ਮੇਰੇ ਮੂੰਹ ਉਹੀ ਗੱਲ ਨਿਕਲੇਗੀ ਜਦੋਂ ਇਹਦੀ ਲੱਗਣਾ ਮੇਰੇ ਫਰੈਂਡਸ ਫੋਨ ਕਰਨਾ ਕਿ ਅਮਿਤ ਫੋਨ ਨਹੀਂ ਪਿਕ ਕਰਦਾ ਪਿਆ ਫੋਨ ਚੁੱਕ ਕਰੋ ਤੇ ਫਿਰ ਮੈਨੂੰ ਉਹਨੂੰ ਗੁੱਸੇ ਨਾਲ ਬੋਲਦਾ ਸੀ ਕਿ ਮੈਨੂੰ ਕਿਉਂ ਤੰਗ ਕਰਦੇ ਪੀਆ ਇਹ ਮੈਟ ਨੂੰ 1.5 ਸਾਲ ਹੋ ਗਏ ਜੋ ਮੈਨੂੰ ਇਸੇ ਹਰਾਸ ਕਰਦੀ ਅਮਰਸਰ ਦੀ ਇੱਕ ਮਹਿਲਾ ਵੱਲੋਂ ਆਪਣੇ ਹੀ ਇੱਕ ਪ੍ਰੇਮੀ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸਨੇ ਉਸਨੂੰ ਵਿਆਹ ਦਾ ਚਾਂਸਾ ਦੇ ਕੇ 2 ਸਾਲ ਆਪਣੇ ਨਾਲ ਰੱਖਿਆ ਲਿਵ-ਇਨ ਰਿਲੇਸ਼ਨ ਚ ਰਹਿੰਦੇ ਸਨ ਲੇਕਿਨ ਉਸ ਤੋਂ ਬਾਅਦ ਅਚਾਨਕ ਉਸਨੂੰ ਛੱਡ ਕੇ ਚਲਾ ਗਿਆ ਤਾਂ ਲਿਵ-ਇਨ ਰਿਲੇਸ਼ਨ ਦੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਧੋਖੇ ਦਾ ਕੰਮ ਸਾਹਮਣੇ ਆ ਰਿਹਾ ਹੈ ਤਾਂ ਮਹਿਲਾਵਲੋ આરોਪ ਲਗਾਏ ਜਾ ਰਹੇ ਨੇ ਇੱਕ ਟ੍ਰੈਵਲ ਏਜੰਟ ਦੇ ਉੱਤੇ ਕਿਉਂਕਿ ਉਸਨੇ ਉਸ ਨੂੰ ਬੇਟੇ ਨੂੰ ਬਾਹਰ ਭੇਜਣਾ ਸੀ ਤੇ ਕੀ ਸਾਰੀ ਗੱਲਬਾਤ ਹੈ ਸਾਡੇ ਨਾਲ ਮਹਿਲਾ ਮੌਜੂਦ ਨੇ ਮੈਡਮ ਕੀ ਹੋਇਆ ਤੁਹਾਡੇ ਨਾਲ ਜਿਹੜਾ ਤੁਸੀਂ ਅੱਜ ਮੀਡੀਆ ਅੱਗੇ ਪੇਸ਼ ਹੋਏ ਸਰ ਮੇਰੇ ਬੇਟੇ ਨੇ ਬਾਹਰ ਜਾਣਾ ਸੀ ਤੇ ਮੈਂ ਸੁਧੀਰ ਸੂਰੀ ਜੀ ਜਿਹੜੇ ਨੇ ਟਕਸਾਲੀ ਵਾਲੇ ਮੋਨੋ ਦੇ ਆਫਿਸ ਆਣੀ ਜਾਨੀ ਸਾਂ ਤੇ ਉੱਥੇ ਹੀ ਮੈਨੂੰ ਜੈਗਪਾਲ ਲਾਲੀ ਜੀ ਮਿਲੇ ਸੀ ਤੇ ਉੱਥੇ ਉਹਨਾਂ ਨੇ ਮੈਨੂੰ ਦੱਸਿਆ ਵੀ ਅਮੀਤ ਕੁਮਾਰ ਉਹਨਾਂ ਦਾ ਫਰੈਂਡ ਵੀ ਹੈ ਤੇ ਚੇਲਾ ਵੀ ਹੈ ਉਹ ਬਾਹਰ ਬੱਚਿਆਂ ਨੂੰ ਭੇਜਦਾਗਾ ਤੇ ਉਹਨਾਂ ਨੇ ਮੈਨੂੰ ਅਮਿਤ ਨਾਮ ਲਾਇਆ ਸੀ ਤੇ ਉਹਦੇ ਬਾਅਦ ਉਹ ਇਹ ਅਮਿਤ ਕੋਲ ਮੈਨੂੰ ਆਫਿਸ ਲੈ ਕੇ ਗਿਆ ਤੇ ਅਮਿਤ ਅਮਿਤ ਨੇ ਮੈਨੂੰ ਕਿਹਾ ਕਿ ਮੇਰਾ ਦੁਬਈ ਵਿੱਚ ਬਹੁਤ ਜ਼ਿਆਦਾ ਕਾਰੋਬਾਰ ਹੈ ਮੈਂ ਉੱਥੇ ਬੱਚਾ ਨੂੰ ਬਿਲਕੁਲ ਸੈੱਟ ਕਰਵਾਉਣਾ ਜੌਬ ਦਿਵਾਉਣਾ ਤੇ ਮੈਂ ਤੁਹਾਡੇ ਬੱਚੇ ਨੂੰ ਵੀ ਕਰਵਾ ਦਾਂਗਾ ਤੇ ਇਹੋ ਸੈਂਸੇਸ਼ਨ ਮੈਂ ਤੇ ਆਫਿਸ ਗਈਆਂ ਤੇ ਇਹਨਾਂ ਦੀ ਵਾਈਫ ਨੂੰ ਤੇ ਅਮਿਤ ਕੁਮਾਰ ਤੇ ਇਹਨਾਂ ਦੀ ਮੰਮੀ ਤੇ ਇਹਨਾਂ ਦੇ ਬ੍ਰਦਰ ਬੈਠੇ ਸੀ ਜਿਹੜਾ ਮੈਂ ਇਹਨਾਂ ਨੂੰ ਪੈਸੇ ਫੜਾ ਕੇ ਆਈਆਂ 30000 ਰੁਪਏ ਮੋਦੋ ਉਹਨਾਂ ਨੂੰ ਦੇ ਕੇ ਆਈਆਂ ਤੇ ਉਹਦੇ ਬਾਅਦ ਉਹ ਐਨਾਂ ਨੇ ਕਿਹਾ ਕਿ ਬਾਕੀ ਪੈਸੇ ਅਸੀਂ ਤੁਹਾਡੇ ਕੋਲ ਹੌਲੀ ਹੌਲੀ ਕਰਕੇ ਲਵਾਂਗੇ ਕਿਉਂਕਿ ਮੈਂ ਇੱਕ ਗਰੀਬ ਔਰਤ ਹੈਗੀ ਮੇਰੇ ਕੋਲ ਜਿਆਦੇ ਪੈਸੇ ਨਹੀਂ ਹੈਗੇ ਮੈਂ ਥੋੜੇ ਬੋਤੇ ਜਿਹੜੇ ਜੋੜੇ ਕਮੇਟੀਆਂ ਵਾਲੇ ਸੀ ਇਹਨਾਂ ਨੂੰ ਮੈਂ ਦੇਖਿਆ ਆਈਆਂ ਤੇ ਉਹਦੇ ਬਾਅਦ ਨੇ ਮੇਰੇ ਬੇਟੇ ਨੂੰ ਭੇਜਣ ਦਾ ਮੈਨੂੰ ਦੱਸਿਆ ਵੀ ਮੈਂ ਭੇਜਦਾਗਾ ਕੰਮ ਮੈਨੂੰ ਥੋੜਾ ਜਿਹਾ ਕੰਮ ਗਲਤ ਲੱਗਾ ਮੇਰੇ ਕੋ ਆਪਣੇ ਪੈਸੇ ਮੰਗਨੇ ਸ਼ੁਰੂ ਕੀਤੇ ਮੈਂ ਕਿਹਾ ਮੇਰੇ ਪੈਸੇ ਵਾਪਸ ਕਰ ਦੇ ਮੈਂ ਆਪਣੇ ਬੇਟੇ ਨੂੰ ਨਹੀਂ ਭੇਜਣਾ ਮੈਂ ਕਿਤੇ ਹੋਰ ਭੇਜਣਾ ਇਹਨੇ ਪੈਸੇ ਦੇਣ ਦੀ ਬਜਾਏ ਮੇਰੇ ਘਰ ਆਣਾ ਜਾਣਾ ਸ਼ੁਰੂ ਕਰਤਾ ਉਹਦੇ ਬਾਅਦ ਉਹਨੇ ਮੈਨੂੰ ਦੁੱਖ ਭਰੀਆਂ ਸਟੋਰੀਆਂ ਸੁਣਾਉਣੀਆਂ ਸ਼ੁਰੂ ਕਰਤੀਆਂ ਕਿ ਮੈਂ ਆਪਣੀ ਵਾਈਫ ਤੋਂ ਬਹੁਤ ਦੁਖੀ ਹਾਂ ਇਹਨੂੰ ਪਤਾ ਚੱਲ ਗਿਆ ਮੇਰੇ ਘਰ ਆਣ ਜਾਣ ਤੋਂ ਕਿ ਮੈਂ ਇਕੱਲੀ ਔ ਤੇ ਐਨੇ ਪੈਸੇ ਦੇਣ ਦੀ ਬਜਾਏ ਮੈਨੂੰ ਇਹੋ ਕਿਹਾ ਕਿ ਮੈਂ ਵੀ ਬੜਾ ਦੁਖੀ ਹਗਾ ਆ ਮੈਂ ਆਪਣੀ ਵੋਟੀ ਦਾ ਤਲਾਕ ਦਾ ਕਾਗਜ਼ ਲਾਤਾ ਆ ਤਾਂ ਕਿਉਂ ਨਾ ਸੀ ਆਪਣੀ ਇੱਕ ਛੋਟੀ ਜੀ ਫੈਮਿਲੀ ਬਣਾ ਕੇ ਬੈਠ ਜੀਏ ਤੋਂ ਉਹਦੇ ਬਾਅਦ ਸਾਰੇ ਇਹੋ ਹੀ ਮੇਰੇ ਘਰ ਆਣਾ ਜਾਣਾ ਸ਼ੁਰੂ ਕਰਕੇ ਤੇ ਐਨੇ ਮੈਨੂੰ ਵਿਆਹ ਦੇ ਖਾ-ਭੋ ਖਾਏ ਕਦੀ ਮੰਦਰ ਲੈ ਗਿਆ ਕਦੀ ਉੱਥੇ ਲੈ ਗਿਆ ਬਸ ਇਹ ਸੰਧੂਰ ਲਾਤਾ ਕਦੀ ਚੂੜਾ ਪਾਤਾ ਇਹ ਵਿਆਹ ਦਾ ਐਨੇ ਮੈਨ ਇੱਕ ਦੇ ਛੱਡਿਆ ਚਾਂਸਾ ਕਿ ਮੈਂ ਤੇਰਾ ਘਰ ਵਾਲਾ ਮੇਰੇ ਮਹੱਲੇ ਚ ਵੀ ਪਤਾ ਕਿ ਮੇਰਾ ਘਰ ਵਾਲਾ ਹੈ ਇਹਦੇ ਦੋਸਤਾਂ ਨੂੰ ਵੀ ਪਤਾ ਕਿ ਮੈਂ ਦੀ ਵਾਈਫ ਆ ਤਾਂ ਹੁਣ ਇਹ ਮੈਨੂੰ ਆਪਣੇ ਨਾਲ ਰਿਲੇਸ਼ਨ ਬਣਾ ਕੇ ਉਹਦੇ ਬਾਦੋਂ ਇਹ ਮੈਨੂੰ ਕਹਿੰਦਾ ਪਿਆ ਕਿ ਹੁਣ ਤੂੰ ਮੇਰੇ ਵੀਡੀਓ ਐਨੇ ਮੇਰੀਆਂ ਬਣਾ ਲਈਆਂ ਸੀ ਪਹਿਲਾਂ ਹੀ ਉਹ ਚਲੋ ਮੈਂ ਮੰਨਦੀ ਆ ਕਿ ਉਹ ਮੈਂ ਇਹਨੂੰ ਘਰ ਵਾਲਾ ਸਮਝਦੀ ਰਹੀਆਂ ਕਿ ਮੇਰਾ ਘਰ ਵਾਲਾ ਇਹਨੇ ਰਜ਼ਾਮੰਦੀ ਤੋਂ ਮੇਰੀ ਹੈ ਸੀ ਕੋਈ ਦੋ ਚਾਰ ਵੀਡੀਓ ਵਿੱਚ ਹੋਏਗੀ ਐਨੇ ਬਾਅਦ ਚ ਮੈਨੂੰ ਉਹ ਹੀ ਉਹ ਵੀਡੀਓ ਵਿਖਾ ਕੇ ਮੈਨੂੰ ਕਹਿੰਦਾ ਕਿ ਹੁਣ ਮੇਰੇ ਯਾਰਾ ਦੋਸਤਾਂ ਨਾਲ ਵੀ ਸੋ ਇਹ ਤੇ ਮੈਂ ਵੀਡੀਓ ਤੇਰੀਆਂ ਵਾਇਰਲ ਕਰ ਦਨੀ ਆਈ ਤੇ ਵਖਾ ਵੀ ਦਿੱਤੀਆਂ ਹੋਈਆਂ ਆਈ ਤੇ ਹੁਣ ਪੈਸੇ ਕਮਾ ਤੇ ਜਦੋਂ ਮੈਂ ਨਾ ਕੀਤੀ ਐ ਤੇ ਇਹ ਹੁਣ ਮੈਨੂੰ ਬਦਨਾਮ ਜਗਾ ਜਗਾ ਮੇਰੀ ਵੀਡੀਓ ਵਖਾੰਦਾ ਪਿਆ ਤੇ ਮੈਨੂੰ ਵੀ ਛੱਡ ਕੇ ਭੱਜ ਗਿਆ ਤੇ ਇਹ ਮੇਰੀ ਕੋਈ ਮਦਦ ਵੀ ਨਹੀਂ ਕਦੇ ਕੀਤੀ ਤੇ ਨਾ ਇਹ ਮੇਰੀ ਕਰਾਂ ਦੀ ਕੋਸ਼ਿਸ਼ ਕਰਦਾ ਉਲਟਾ ਮੈਨੂੰ ਹੋਰ ਧਮਕੀਆਂ ਲਮਾੰਦਾ ਪਿਆ ਕਿ ਮੇਰੀ ਸ਼ਿਵ ਸੈਨਾ ਵਿੱਚ ਬੜੀ ਉਹ ਠਾਂਡੇ ਚ ਵਾਦੀ ਕੰਪਲੇਂਟ ਪਾਈ ਹੋਈ ਹੈ ਜਿੱਥੇ ਹਾਜ਼ਰ ਨਹੀਂ ਹੁੰਦਾ ਪੁਲਿਸ ਵਾਲੇ ਵੀ ਇਹਦੀ ਇਹਦੀ ਗੱਲ ਕਰਦੇ ਨੇ ਪੈਸੇ ਪੁੱਛੇ ਉੱਥੇ ਦੇ ਦਿੱਤੀ ਹੋਇਆ ਤਦ ਤਾਰ ਕੋ ਕੀ ਪ੍ਰੂਫ ਨੇ ਜੀ ਇਹਨਾਂ ਨਾਲ ਤੜ ਕੋ ਕੀ ਕੁਛ ਹੈ ਜੀ ਮੇਰੇ ਕੋ ਸਾਰੇ ਸਾਰੇ ਸਬੂਤ ਆ ਗਿਆ ਜੋ ਇਹਨੇ ਮੈਨੂੰ ਵਿਆਹ ਦੇ ਜੋ ਝੂਠੇ ਖਾਬ ਵਿਖਾਏ ਸੀ ਕਦੀ ਮੈਨੂੰ ਵੈਸ਼ਨੋ ਦੇਵੀ ਲੈ ਕੇ ਜਾਂਦਾ ਸੀ ਕਦੀ ਚੰਡੀਗੜ੍ਹ ਲੈ ਗਿਆ ਕਦੀ ਮੈਨੂੰ ਪਠਾਨਕੋਟ ਲੈ ਗਿਆ ਕਦੀ ਮੈਨੂੰ ਮਾਡਲ ਟਾਉਨ ਲੈ ਗਿਆ ਮਤਲਬ ਇਹ ਘਰਵਲਾ ਬਣ ਕੇ ਹੀ ਮੇਰ ਨਾਲ ਹਰ ਜਗ੍ਹਾ ਤੇ ਸਟੈਂਡ ਲਿੱਤਾ ਮੇਰਾ ਪੂਰਾ ਮੁਹੱਲਾ ਗਵਾ ਮੇਰੀ ਗਲੀ ਵਾਲੇ ਗਵਾ ਮੇਰੇ ਬੱਚੇ ਗਵਾ ਹਗੇ ਆ ਕਿ ਇਹ ਮੇਰਾ ਘਰਵਲਾ ਬਣ ਕੇ ਹਰ ਜਗ੍ਹਾ ਤੇ ਮੇਰ ਨਾਲ ਖੜਾ ਰਿਆ ਪਰ ਹੁਣ ਆ ਕੇ ਇਹ ਮੈਨੂੰ ਕਹਿੰਦਾ ਮੇਰੇ ਦੋਸਤਾਂ ਦੇ ਨਾਲ ਜੇ ਕਰਨਗੀ ਇਹ ਕੰਮ ਤੇ ਮੈਂ ਫੇਰ ਤੇਨਾ ਵਿਆਹ ਤੇ ਮੈਂ ਹੀ ਕੀਤਾ ਨਾ ਜਾਂ ਕਰਾਣਾ ਆ ਅੱਗੇ ਜਾ ਕੇ ਕਹਿੰਦਾ ਵਿਆਹ ਮੈਂ ਹੀ ਕਰਾਣਾ ਨਾ ਤੇਨਾਂ ਤੇ ਤੂੰ ਕਰ ਜੇ ਮੈਨੂੰ ਤਰਾਜ ਨਹੀਂਗਾ ਪਰ ਮੈਨੂੰ ਤਰਾਜ ਆਗਾ ਮੈਂ ਗਲਤ ਕੰਮ ਨਹੀਂ ਕਰਨਾ ਇਹ ਮੈਨੂੰ ਜ਼ਬਰਦਸਤੀ ਇਹ ਕੰਮ ਚ ਧਕੇਲਦਾ ਪਿਆ ਮੇਰੇ ਕੋਲ ਪੂਰੀ ਚੈਟ ਹੈ ਮੇਰੇ ਕੋਲ ਗੀ ਰਿਕਾਰਡਿੰਗਾਂ ਜਿੱਥੇ ਮੈਨੂੰ ਜ਼ਬਰਦਸਤੀ ਕਹਿੰਦਾ ਪਿਆ ਕਿ ਕੰਮ ਕਰ ਨਹੀਂ ਤੇ ਮੈਂ ਤੈਨੂੰ ਸ਼ਹਿਰ ਚ ਖਲੋਣ ਜੋਗਾ ਮੈਂ ਸ਼ਹਿਰੋਂ ਹੀ ਕੱਢ ਦੇਣਾ ਤੈਨੂੰ ਬਾਹਰ ਤੇ ਤੁਸੀਂ ਇਸ ਮਾਮਲੇ 'ਚ ਪੁਲਿਸ 'ਚ ਸ਼ਿਕਾਇਤ ਕੀਤੀ ਸੀ ਹਾਂਜੀ ਮੈਂ ਹੋਰ ਸ਼ਿਕਾਇਤ ਕੀਤੀ 6 ਮਹੀਨੇ ਤੇ ਮੈਂ ਇੰਨੀ ਜ਼ਿਆਦਾ ਬਿਮਾਰ ਰਹੀ ਆ ਮੇਰਾ ਮਿਸ ਗੈਰੇਜ਼ੇ ਦੇ ਬੰਦੇ ਦੀ ਵਜ੍ਹਾ ਨਾਲ ਇਹਦਾ ਹੀ ਬੱਚਾ ਟਾਈਮ ਮੀਟਰ ਜੜਾਇਆ ਮੇਰਾ ਮਿਸ ਗੈਰੇਜ਼ੇ ਨੇ ਜ਼ਬਰਦਸਤੀ ਮੈਨੂੰ ਮਾਰ ਕੁੱਟਾਈ ਇੰਨੀ ਜ਼ਿਆਦਾ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਸੀ ਨਾਲੇ ਮੇਰੀ ਮਾਰ ਕੁੱਟਾਈ ਕਰਦਾ ਸੀ ਇਹਨੂੰ ਪਤਾ ਸੀ ਕਿ ਇਹਦੇ ਮਾਪਿਓ ਨਹੀਂ ਹੈਗੇ ਇਹਦੇ ਅੱਗੇ ਪਿੱਛੇ ਕੋਈ ਨਹੀਂ ਹੈ ਘਰ 'ਚ ਕਹੇ ਨਹੀਂ ਆਣਾ ਨਹੀਂ ਚਾਣਾ ਨਹੀਂ ਤੇ ਇਹ ਆਪਣੀ ਹੀ ਆਫਿਸ ਦੀ ਕੁੜੀ ਕਨਿਕਾ ਸ਼ਰਮਾ ਨੂੰ ਲਿਆ ਕੇ ਉਹ ਵੀ ਖੁਦ ਮੇਰੀ ਵੀਡੀਓ ਬਣਾ ਕੇ ਗਈ ਹੈ ਗਈ ਇਹਦੇ ਨਾਲ ਇਹ ਉਹਨੂੰ ਲੈ ਕੇ ਆਇਆ ਮੇਰੇ ਘਰ ਜਿੱਦੀ ਵਜਾ ਨਾਲ ਅੱਜ ਤੋਂ ਕਾਫੀ ਟਾਈਮ ਤੋਂ ਮੇਰੀ ਅਮਿਤ ਨਾਲ ਲੜਾਈ ਹੁੰਦੀ ਪਈ ਹੈ ਕਨਿਕਾ ਦੀ ਵਜਾ ਨਾਲ ਇਹ ਕਹਿੰਦਾ ਮੈਂ ਕਨਿਕਾ ਨੂੰ ਤੇਰੀ ਵੀਡੀਓ ਵਖਾ ਚੁੱਕੀਆਂ ਤੇਰੀ ਆਡੀਓ ਸੁਣਾ ਚੁੱਕੀਆਂ ਤੇ ਹੁਣ ਕਨਿਕਾ ਕਹਿੰਦੀ ਹੈ ਮੇਰੇ ਬਾਰੇ ਬਹੁਤ ਗਲਤ ਬੋਲਦੀ ਪਈ ਹੈ ਇਹ ਅਮਿਤ ਦੇ ਮੂੰਹੋਂ ਗੱਲਾਂ ਹੋਈਆਂ ਉਹਦੇ ਬਾਅਦ ਇਹ ਕਨਿਕਾ ਨੂੰ ਮੇਰੇ ਘਰ ਲੈ ਕੇ ਆਇਆ ਜਿੱਦੀ ਵਜਾ ਨਾਲ ਮੈਂ ਘਰ 'ਚ ਕਲੇਸ਼ ਪਾਈ ਹੈ ਕਿ ਕਨਿਕਾ ਮੇਰੇ ਘਰ ਕਿਉਂ ਆਈ ਹੈ ਇਹ ਕਹਿੰਦਾ ਕਨਿਕਾ ਤੇਰੇ ਕੋਲ ਮਾਫੀ ਮੰਗਣ ਡਾਈ ਹੈ ਕਨਿਕਾ ਆਈ ਹੈ ਤੁਹਾਡੇ ਇਨਾਂ ਨਾਲ ਰਿਲੇਸ਼ਨ ਸੀ ਜੀ ਹਾਂਜੀ ਕਿੰਨੇ ਦੇ ਰਿਲੇਸ਼ਨ ਰਏ ਤੁਹਾਡੇ ਦੇ ਮੇਰੇ ਅਮਿਤ ਨਾਲ ਘੱਟੋ ਘੱਟ ਇਹ 5 ਸਤੰਬਰ ਨੂੰ 2 ਸਾਲ ਹੋ ਜਾਣੇ ਆ ਮੇਰੇ ਇਹਦੇ ਨਾਲ ਰਿਲੇਸ਼ਨ ਬੰਦਿਆਂ ਨੂੰ ਹੂੰ ਤੇ ਹੁਣ ਨਹੀਂ ਰਹਿ ਰਹੇ ਹੁਣ ਸਿਰਫ ਇਹ 9 ਜੂਨ ਨੂੰ ਮੇਰਾ ਰਿਲੇਸ਼ਨ ਬਣਾ ਕੇ ਮੇਰੀ ਵੀਡੀਓ ਬਣਾ ਕੇ ਕਿ ਆਇਆ ਹੈ ਇਹ 9 ਜੂਨ ਨੂੰ ਤੇ ਤੁਸੀਂ ਵੀਡੀਓ ਕਿਉਂ ਬਣਵਾਉਂਦੇ ਰਹੇ ਸਰ ਇਹ ਮੇਰੇ ਮਾਰਕਟਾਈ ਕਰਦਾ ਹੈ ਮੈਨੂੰ ਹਾਰ ਰੈਸਮੈਂਟ ਕਰਦਾ ਪਿਆ ਕਿ ਇਹ ਵੀਡੀਓ ਬਣੀਆਂ ਹੋਈਆਂ ਨਾਲੇ ਸਾਰੇ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਹਰਕਤਾਂ ਕਰਦਾ ਜਦੋਂ ਵੀਡੀਓ ਬਣਾਉਂਦਾ ਕਿ ਮੇਰੇ ਹੱਥ ਪੈਰਾਂ ਤੱਕ ਮੈਨੂੰ ਸਮਝ ਨਹੀਂ ਆਂਦੇ ਕਿ ਅੰਨੇ ਮੈਂ ਕਿਸ ਤਰ੍ਹਾਂ ਹਣਾ ਤੁਸੀਂ ਵੀ ਜਾਣਦੇ ਹੋ ਅਗਰ ਤੁਸੀਂ ਵੀਡੀਓ ਬਣਵਾਉਂਦੇ ਪਏ ਹੋ ਤਾਂ ਤੁਸੀਂ ਗਲਤੀ ਕਰਦੇ ਪਏ ਹੋ ਸਰ ਮੈਂ ਗਲਤ ਕੁਝ ਨਹੀਂ ਕਰਦੀ ਇਹ ਗਲਤ ਕਰਦਾ ਇਹ ਮੈਨੂੰ ਤੁਸੀਂ ਵੀਡੀਓ ਕਿਉਂ ਬਣਵਾਉਂਦੇ ਰਹੇ ਸਰ ਮੇਰੀ ਇੱਕ ਅੱਧੀ ਰਜ਼ਾਮੰਦੀ ਨਾ ਹੋਈ ਹੈ ਕਿ ਮੇਰਾ ਘਰ ਵਾਲਾ ਐਨੇ ਮੈਨੂੰ ਕੁਝ ਗੱਲਾਂ ਇਹੋ ਜਿਹੀਆਂ ਕਈਆਂ ਸੀ ਕਿ ਮੈਂ ਆਪਣੀ ਜਨਾਨੀ ਨੂੰ ਪਸੰਦ ਨਹੀਂ ਕਰਦਾ ਤੇ ਮੈਂ ਉਹਦੇ ਨਾਲ ਫਿਜ਼ੀਕਲ ਨਹੀਂ ਹੋਣਾ ਚਾਹੁੰਦਾ ਮੈਂ ਉਹਦੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦਾ ਜਿਹੜੇ ਲਫ਼ਜ਼ ਨੇ ਮੈਨੂੰ ਕਹੇ ਆ ਕੇ ਤੇ ਮੈਂ ਕੁਝ ਸਾਰੇ ਗਲਤ ਵਾ ਸ਼ਬਦ ਆ ਜਿਹੜੇ ਮੈਂ ਨਹੀਂ ਕੈਮਰੇ ਸਾਹਮਣੇ ਕਹਿਣਾ ਚਾਹੁੰਦੀ ਐ ਕਹਿੰਦਾ ਸੀ ਮੈਂ ਉਹਨੂੰ ਵੇਖਣਾ ਵੀ ਨਹੀਂ ਪਸੰਦ ਕਰਦਾ ਮੈਨੂੰ ਤਲਾਕ ਦੇ ਕਾਗਜ਼ ਲਾ ਲਈ ਮੈਂ ਸਿਰਫ ਦਿਨਾਂ ਫਿਜ਼ੀਕਲੀ ਉਹਨਾਂ ਮੈਂ ਤੇਰੀ ਵੀਡੀਓ ਵੇਖ ਕੇ ਆਪਣੇ ਆਪ ਨੂੰ ਤੇ ਹੁਣ ਹੁਣ ਨਹੀਂ ਤੁਹਾਨੂੰ ਮਿਲਦੇ ਹੁਣ ਤੁਸੀਂ ਜਾਂਦੇ ਹੋ ਤਾਂ ਕੀ ਕਹਿੰਦੇ ਹੋ ਹੁਣ ਇਹ ਸਰ ਮੇਰ ਕੋ ਆਂਦਾ ਸੀ ਮੇਰ ਕੋ 24 ਘੰਟੇ ਇੱਥੇ ਬੈਠਾ ਰਹਿੰਦਾ ਸੀ ਹੁਣ ਇਹ ਨੇ ਆਣਾ ਜਾਣਾ ਮਹੀਨਾ 9 ਜੂਨ ਨੂੰ ਇੱਥੇ ਸੀ 10 10 ਜੂਨ ਨੂੰ ਫੇਰ ਇੱਕ ਜਨਾਨੀ ਨੂੰ ਲੈ ਕੇ ਆਇਆ ਲੇਡੀਜ਼ ਨੂੰ ਫੇਰ ਲੈ ਕੇ ਆਇਆ ਇੱਕ ਨੂੰ ਜਦੀ ਵਜ੍ਹਾ ਨਾਲ ਸਾਡੇ ਘਰ ਚ ਕਲੇਸ਼ ਪਈ ਐ ਹੂੰ ਤਦੋਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ? ਹਾਂ ਜੀ ਮੈਂ ਪੁਲਿਸ 'ਚ ਦਰਖਾਸਤ ਦਿੱਤੀ ਐ ਪਰ ਇਹ ਉੱਥੇ ਪਹੁੰਚਦਾ ਨਹੀਂ ਪਿਆ। ਹੁਣ ਇਹਨੂੰ ਆਪਣੀ ਪਹਿਲੀ ਵਾਈਫ ਬੜੀ ਪਸੰਦ ਐ। ਇਹ ਕਹਿੰਦਾ ਕਿ ਮੈਂ ਉਹਦੇ ਨਾਲ ਹੀ ਰਹਿਣਾ, ਮੈਂ ਉਹਦੇ ਨਾਲ ਹੀ ਘੁੰਮਣਾ ਫਿਰਨਾ, ਉਹਨੂੰ ਲੈ ਕੇ ਕਦੀ ਕਿੱਥੇ ਜਾਂਦਾ ਵੇ ਕਹਤੀ। ਥਾਣੇ ਵਿੱਚ ਐਸ.ਆਈ. ਜਿਹੜਾ ਸੁਸ਼ੀਲ ਕੁਮਾਰ ਐ ਉਸ ਨੇ ਮੈਨੂੰ ਇੰਨੇ ਜ਼ਿਆਦਾ ਬੁਰੇ ਸ਼ਬਦ ਕਹੇ ਆਈ ਹੈ ਸਈ ਸ਼ਸ਼ੀਲ ਕੁਮਾਰ ਨੇ ਮੈਨੂੰ ਕਹਿੰਦਾ ਆ ਕਿ ਛੋਟੇ ਛੋਟੇ ਤੂੰ ਮੁੰਡੇ ਭਾਲਦੀ ਆ 40 ਸਾਲ ਦੀ ਉਮਰ ਦੀ ਜਿਹੜੇ ਜ਼ਬਰਦਸਤੀਆਂ ਹੁੰਦੀਆਂ 15 16 ਸਾਲ ਦੀ ਕੁੜੀ ਨਾਲ ਜ਼ਬਰਦਸਤੀ ਹੁੰਦੀ ਆ 40 ਸਾਲ ਦੀ ਜਨਾਨੀ ਨਾਲ ਨਹੀਂ ਜ਼ਬਰਦਸਤੀਆਂ ਹੁੰਦੀਆਂ ਤੇ ਨਾਲੇ ਵਿਆਹ ਤੂੰ ਮਰਨਾ ਕਰਵਾ ਲੰਦੀ ਜਾਂ ਮਰਨਾ ਕਰਵਾਇਆ ਹੁੰਦਾ ਤੇ ਫਿਰ ਤੇ ਗੱਲ ਕੁਝ ਹੋਰ ਸੀ ਉਹ ਮੇਰੇ ਮੂੰਹ ਤੇ ਚਪੇੜਾਂ ਮਾਰਨ ਤੱਕ ਜਾਂਦਾ ਪਿਆ ਮੇਰੇ ਤੇ ਦਬਾਅ ਬਣਾਉਂਦੇ ਪਿਆ ਕਿ ਇਹਦੀ ਜਿਹੜੀ ਦਰਖਾਸਤ ਵਾਪਸ ਲੈ ਤੇ ਜੇ ਤੁਹਾਨੂੰ ਇਨਸਾਫ ਨਾ ਮਿਲੇ ਕੀ ਕਰੀਓ ਮੈਂ ਸਰ ਮੈਨੂੰ ਇਨਸਾਫ ਮੈਂ ਜਾਵਾਂਗੀ ਉਹ ਵੱਡੇ ਜਿਹੜੇ ਅਫਸਰ ਆ ਪੁਲਿਸ ਵਾਲੇ ਮੈਂ ਉੱਥੇ ਜਾਵਾਂਗੀ ਭਗਵੰਤ ਮਾਨ ਮੇਰੇ ਕੋ ਕੋਰਾਇਆ ਨਹੀਂ ਹੈ ਮੇਰੇ ਕੋ ਕੁਛ ਨਹੀਂ ਹੈ ਮੈਂ ਕੋਸ਼ਿਸ਼ ਕਰਾਂਗੀ ਮੈਂ ਭਗਵੰਤ ਮਾਨ ਜੀ ਤੱਕ ਪਹੁੰਚਾਂ ਤੇ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਮੈਂ ਬਹੁਤ ਗਰੀਬ ਔਰਤ ਆਪਣੀ ਛੋਟੀ ਭੈਣ ਆ ਬਸ ਮੇਰੀ ਮਦਦ ਕਰ ਦੋ ਮੈਨੂੰ ਇਨਸਾਫ ਦਿਵਾ ਦਿਓ ਬਾਕੀ ਹੋਰ ਵੀ ਜਿਹੜੇ ਮੇਰੇ ਭੈਣ ਭਰਾ ਹੋਵੇ ਉਹਦੇ ਮੈਂ ਸਿਰਫ ਇਨਸਾਫ ਲਈ ਕਹਾਂਗੀ ਕਿ ਮੇਰੇ ਨਾਲ ਆ ਕੇ ਖਲੋਵੋ ਮੈਨੂੰ ਇਨਸਾਫ ਦਿਵਾਓ ਮੇਰਾ ਕੋਈ ਨਹੀਂ ਹੈਗਾ ਤੇ ਮੈਨੂੰ ਇਨਸਾਫ ਦਿਵਾਓ ਇਹ ਜਿਹੜੇ ਅੰਮਿਤ ਦੇ ਨਾਲ ਜਿਹੜੇ ਬੰਦੇ ਖਲੋਤੇ ਆ ਜਿਹੜੇ ਕਹਿੰਦੇ ਕਿ ਅਸੀਂ ਇੱਥੋਂ ਦੇ ਜੀ ਬਹੁਤ ਵੱਡੇ ਪ੍ਰਧਾਨ ਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਦੀ ਮੇਰੀ ਹੱਥ ਜੋੜ ਕੇ ਬੇਨਤੀ ਮੈਨੂੰ ਇਨਸਾਫ ਦਿਵਾਓ ਇਸ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੰਮਿਤ ਗਲਤ ਹੈਗਾ ਫਿਰ ਵੀ ਤੁਸੀਂ ਉਹਦਾ ਸਾਥ ਦਿੰਦੇ ਪਏ ਹੋ ਉਸ ਤੋਂ ਰੱਬ ਤੋਂ ਡਰੋ ਬੇਰੀ ਗਰੀਬ ਮੈਨਾ ਗਰੀਬ ਔਰਤ ਤੇ ਮੈਨੇ ਉੱਥੋਂ ਤੱਕ ਇਹਨਾਂ ਨੇ ਕਿਹਾ ਆ ਕਿ ਅਸੀਂ ਅੰਜਲੀ ਦੇ ਉੱਤੇ ਪਰਚਾ ਤੱਕ ਕਰਵਾਉਣ ਦੇ ਇਹਨਾਂ ਦੇ ਸ਼ਿਵ ਸੈਨਾ ਦੇ ਕੁਝ ਬੰਦੇ ਮੈਨੂੰ ਦੱਸ ਦੇ ਵੀ ਇਹ ਅੰਜਲੀ ਇਹਨਾਂ ਨੇ ਕਿਹਾ ਕਿ ਅਸੀਂ ਅੰਜਲੀ ਉਹਦੀ ਇਹਦੀ ਅਮਿਤ ਦੀ ਜਿਹੜੀ ਇਨਕੁਆਰੀ ਆ ਅਸੀਂ ਉੱਥੇ ਇਨਕੁਆਰੀ ਤੱਕ ਨਹੀਂ ਨੂੰ ਇਹਦੇ ਅੱਗੇ ਤੱਕ ਚੱਲਣ ਦੇਣੀ ਬਿਲਕੁਲ ਤੁਸੀਂ ਵੇਖੋਗੇ ਇਸ ਮਹਿਲਾ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਆਓ ਜਾਣਨਾ ਕੀ ਕਹਿੰਦਾ ਦੂਜੇ ਪੱਖ ਦਾ ਤਾਂ ਮਹਿਲਾ ਵੱਲੋਂ આરોਪ ਲਗਾਏ ਜਾਣ ਤੋਂ ਬਾਅਦ ਉਹ ਸ਼ਖਸ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਅਮਿਤ ਕੁਮਾਰ ਇਹਨਾਂ ਦਾ ਨਾਮ ਹੈ ਤਾਂ ਅਮਿਤ ਹਨਾਣਾ ਨਾਲ ਅ ਉਹਨਾਂ ਦਾ ਸਿੱਧਾ ਸਿੱਧਾ ਰੋਪ ਹੈ ਕਿ ਤੁਸੀਂ ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਪੌਣੇ 2 ਸਾਲ ਔਰ ਉਹਨਾਂ ਦੀਆਂ ਫਿਲਮਸ ਵੀ ਬਣਾ ਕੇ ਆਪਣੇ ਕੋਲ ਰੱਖੀਆਂ ਨਹੀਂ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਐ ਐਕਚੁਅਲੀ ਵਿੱਚ ਇੱਕ ਆਪਕ ਸੰਗਠਨ ਨਾਲ ਜੁੜੇ ਸੀ ਸ਼ਿਫਸਾਨਾ ਸੰਗਠਨ ਨਾਲ ਜੁੜੇ ਸੀ ਇਹ ਉਸ ਸੰਗਠਨ ਚ ਆਂਦੇ ਜਾਂਦੇ ਸੀ ਠੀਕ ਹੈ ਸੁਦੀਰ ਕਮਾਸੂਰੀ ਜੀ ਨਾਲ ਮੇਰੇ ਅੱਛੇ ਰਿਲੇਸ਼ਨ ਸੀ ਉਹਨਾਂ ਨੇ ਮੈਨੂੰ ਕਿਸੇ ਟਾਈਮ ਬੋਲਿਆ ਕਿ ਇਸ ਲੜਕੀ ਦਾ ਇਹ ਜੋ ਮੈਡਮ ਹੈ ਇਹਨਾਂ ਦਾ ਲੜਕਾ ਤੁਸੀਂ ਬਾਹਰ ਭੇਜਣਾ ਜੋ ਮੇਰਾ profession ਹੈਗਾ ਤੁਸੀਂ ਦੇਖ ਸਕਦੇ ਹੋ ਮੇਰਾ ਜੋ ਕੰਮ ਹੈਗਾ ਮੈਂ ਹੀ ਕੰਮ ਕਰਦਾ ਤੇ ਉਸ ਦਾ ਮੈਂ ਇੱਕ ਵਾਰ ਵੀਜ਼ਾ ਲਗਵਾਇਆ ਵੀਜ਼ਾ ਲਗਵਾਉਣ ਤੋਂ ਬਾਅਦ ਲੌਕਡਾਊਨ ਹੋ ਗਿਆ ਲੌਕਡਾਊਨ ਤੋਂ ਬਾਅਦ ਵੀਜ਼ਾ ਵੇਸਟ ਹੋ ਗਿਆ ਉਸ ਤੋਂ ਬਾਅਦ ਆਫਟਰ 6 ਮਨਤ ਬਾਅਦ ਮੈਂ ਇਹਦਾ ਲੜਕੇ ਦਾ ਫਿਰ ਵੀਜ਼ਾ ਲਗਵਾਇਆ ਠੀਕ ਹੈ ਤੇ ਉਹ ਮਾਰ ਵਿਦੇਸ਼ ਭੇਜ ਦਿੱਤਾ ਵਿਦੇਸ਼ ਭੇਜਣ ਤੋਂ ਬਾਅਦ ਮੇ ਵੀ ਕੋਈ 6 ਮਹੀਨੇ ਬਾਅਦ ਉਹਦੇ ਲੜਕੇ ਨੇ ਉਥੇ ਸ਼ਰਾਬੇ ਚ ਨਿ ਸ਼ੁਰੂ ਕਰ ਦਿੱਤੀ ਜਿਸ ਰਕਾਰਡ ਉਹਨੂੰ ਉਥੇ ਦੁਬਈ ਨੇ ਪੁਲਿਸ ਨੇ ਫੜ ਕੇ 3 ਮਹੀਨੇ ਅਰੈਸਟ ਕਰਨ ਤੋਂ ਬਾਅਦ ਉਹਨੂੰ ਵਾਪਸ ਇੰਡੀਆ ਭੇਜ ਦਿੱਤਾ ਤੇ ਇੰਡੀਆ ਆਉਣ ਤੋਂ ਬਾਅਦ ਉਹ ਮੇਰੇ ਨਾਲ ਬਿਰ ਬੈਸ ਬਜੀ ਕੀ ਜੋ ਪੇਮੈਂਟ ਹੈ ਮੇਡੀ ਪੇਮੈਂਟ ਮੇਂ ਰਿਫੰਡ ਕੀਤੀ ਜਾਏ ਮੈਂ ਕਹਿਆ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਨਹੀਂ ਪਰ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਤੁਸੀਂ ਉਹਨਾਂ ਦਾ ਉਹਨਾਂ ਨਾਲ ਸਰੀਰਕ ਸ਼ੋਸ਼ਣ ਕੀਤਾ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਐਕਚੁਅਲੀ ਵਿੱਚ ਕਿ ਉਹਨਾਂ ਦੀ ਲੜਕੀ ਜਿਸ ਟਾਈਮ ਮੈਂ ਕਿਸੇ ਟਾਈਮ ਉਹਦੇ ਘਰ ਜਾਂਦਾ ਸੀ ਜਾਂ ਉਹਦੀ ਲੜਕੀ ਮੇਰਾ ਪ੍ਰੋਫੈਸ਼ਨਲ ਜੁੜੀ ਸੀ ਉਹਦੇ ਲੜਕੀ ਨਿਹ ਹੈਗੀ ਐ ਜਦ ਬੇਸਤ ਚ ਕੰਮ ਕਰਦੀ ਐ ਮੈਂ ਨਾ ਪ੍ਰੋਫੈਸ਼ਨਲ ਕਹਿੰਦਾ ਮੈਂ ਕਿ ਜੋ ਟਿਕਟ ਪਰ ਧੜਦੇ ਰੋਬ ਜਰੇ ਲਗਾਏ ਜਾ ਰਹੇ ਉਹਨਾਂ ਬਾਰੇ ਉਸ ਰੋਬ ਤਾਂ ਮੈਂ ਨਹੀਂ ਕੁਝ ਕਹਿਆ ਤਾਂ ਕਿ ਉਸ ਦੀ ਮੰਸ਼ਾ ਕੀ ਹੈ ਉਹ ਕਿਉਂ ਬੋਲਦੀ ਵੀ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਕੋਈ ਤੁਸੀਂ ਕੋਈ ਨਹੀਂ 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 ਇਸ ਦਾ ਇਹਦਾ ਕੋਈ ਨਹੀਂ ਪਰ ਤੁਹਾਡੇ ਉਹ ਕਹਿੰਦੀ ਵੀਡੀਓਜ਼ ਨੇ ਤੁਹਾਡੇ ਕੋਲ ਮੇਰੀਆਂ ਤੁਸੀਂ ਅਸ਼ਲੀਲ ਵੀਡੀਓਜ਼ ਬਣਵਾਈਆਂ ਉਹਨਾਂ ਦੇਖੋ ਮੈਂ ਕੋਈ ਆਪਣੇ ਕੰਮ ਤੇ ਪ੍ਰੋਫੈਸ਼ਨਲ ਬੰਦਾ ਹਾਂ ਮੈਂ ਆਪਣਾ ਕੰਮ ਦਾ ਮਤਲਬ ਹੁੰਦਾ ਆ ਮੇਰੇ ਮੋਬਾਈਲ ਸੇ ਹੈਗੇ ਮੇਰੀ ਫੈਮਲੀ ਸੇ ਮੇਰੇ ਮਦਰ ਬੈਠੇ ਮੇਰੀ ਵਾਈਫ ਬੈਠੇ ਕਿ ਮੈਂ ਇਹੋ ਜੀ ਵੀਡੀਓਸ ਆਪਣੇ ਮੋਬ ਤੁਸੀਂ ਆਪ ਤੁਸੀਂ ਇੱਕ ਪੱਤਰਕਾਰ ਹੋ ਅਸੀਂ ਵੀਡੀਓ ਆਪਣੇ ਮੋਬਾਈਲ 'ਤੇ ਰੱਖ ਸਕਦੇ ਹਾਂ ਜੀ ਉਹਨਾਂ ਨੇ ਅਲੀਗੇਸ਼ਨ ਲਗਾਇਆ ਉਹਨਾਂ ਦੇ ਅਲੀਗੇਸ਼ਨ ਲਗਾਉਣ ਤੋਂ ਮੈਂ ਉਹ ਬੋਲ ਸਕਦੇ ਮੈਂ ਤਾਂ ਜਵਾਬ ਦੇ ਸਕਦਾ ਪਰ ਉਹ ਕਹਿੰਦੇ ਕਿ ਤੁਹਾਡੀ ਚੈਟਸ ਨੇ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਕਿ ਬਹੁਤ ਸਾਰੀਆਂ ਗਾਲਾਂ ਕੱਢੀਆਂ ਤੇ ਇਹਨਾਂ ਦੀ ਗੱਲ ਤੁਹਾਡੇ ਚੈਟਸ ਵੀ ਉਹਨਾਂ ਨੇ ਦਿਖਾਈਆਂ ਨਹੀਂ ਗਾਲਾਂ ਵਿਕਰ ਦੀ ਸੱਚੀ ਕੋਈ ਚੈਟਸ ਮੇਰੇ ਸਾਹਮਣੇ ਚੈਟ ਦੇ ਵਿੱਚ ਕੀ ਗਿਆ ਹਾਂ ਜਦੋਂ ਮੈਨੂੰ ਇਨੀ ਮੈਨੂੰ ਐਡੀਟ ਕਰੂਗੀ बार-बार ਕਾਲਸ ਕਰੂਗੀ ਮੈਂ ਨੰਬਰ ਤੇ ਬਲੌਕਸ ਤੇ ਪਾਏ ਆ ਠੀਕ ਹੈ ਨੰਬਰ ਬਦਲ ਬਦੇ ਕਾਲਸ ਕਰੂ ਤੇ ਫਿਰ ਤਾਂ ਮੇਰੇ ਮੂੰਹ ਉਹੀ ਗੱਲ ਨਿਕਲੇਗੀ ਜਦੋਂ ਈਟੀਟ ਕਰਕੇ ਮੇਰੇ ਫਰੈਂਡਸ ਫੋਨ ਕਰਨਾ ਕਿ ਅਮਿਤ ਫੋਨ ਹੀ ਪਿਕ ਕਰਦਾ ਪਿਆ ਫੋਨ ਚੁੱਕੋ ਤੇ ਫਿਰ ਮੈਨੂੰ ਉਹਨੂੰ ਗੁੱਸੇ ਨਾਲ ਬੋਲਦਾ ਸੀ ਕਿ ਮੈਨੂੰ ਕਿਉਂ ਤੰਗ ਕਰਦੇ ਪਿਆ ਇਹ ਮੈਟਰ ਨੂੰ 1.5 ਸਾਲ ਹੋ ਗਏ ਜੋ ਮੈਨੂੰ ਇਸੇ ਹਰਾਸ ਕਰਦੀ ਰਹਿੰਦੀ ਸੀ ਤੇ ਇਸ ਕਰਕੇ ਮੈਂ ਉਹਨੂੰ ਕਾਫੀ ਟਾਈਮ ਤੋਂ ਕਿਹਾ ਕਿ ਮੈਂ ਮੈਂ ਆਪਣੇ ਕੰਮ 'ਚ ਬੀਜ਼ੀ ਰਹਿਣਾ ਮੈਨੂੰ ਤੰਗ ਨਾ ਕਰਿਆ ਕਰ ਠੀਕ ਹੈ ਫਿਰ ਇਹਨੇ ਕਿਹਾ ਕਿ ਚਲੋ ਕੋਈ ਦਿੱਕਤ ਨਹੀਂ ਤੁਸੀਂ ਗੱਲਾਂ ਨਹੀਂ ਕਹਿੰਦੇ ਚੈਟ ਦੇ ਵਿੱਚ ਉਹਨੇ ਦਿਖਾ ਰਹੇ ਸੀ ਕੁਝ ਗੱਲ ਨਹੀਂ ਗੱਲ ਨਹੀਂ ਮੈਂ ਕਹਿ ਸਕਦਾ ਕਹਿੰਦਾ ਕਿ ਜਦੋਂ ਮੈਂ ਕਿਸੇ ਈਟੀਟ ਕਰੋਗੇ ਫੋਨ ਤੇ ਕਰੀ ਜੋ ਕਰੀ ਜੋ ਤਾਂ ਫਿਰ ਮੈਂ ਇਹੀ ਗੱਲ ਬੋ ਜੇ ਕੋ ਡਾਕਟਰ ਰਿਪੋਰਟ ਦਿਹਾ ਦੋ ਕਿ ਤੇ ਵੈਲਿਡ ਗੁੱਡ ਹੈ ਜੇ ਡਾਕਟਰ ਦੇਖੋ ਕੈਂਟ ਕਰਜ ਬੜਾ ਤੁਸੀਂ ਡਾਕਟਰ ਰਿਪੋਰਟ ਦਿਖਾਓ ਸਰ ਲੋਕਾਂ ਰਿਪੋਰਟਸ ਯੋ ਦੇਖੋ ਇਹੋ ਜੀ ਇਲੀਗੇਸ਼ਨ ਲਾਣੇ ਮੇਰੇ ਤੇ ਇਹ ਤਾਂ ਬਹੁਤ ਗਲਤ ਹੈ ਗਿਆ ਮੈਂ ਅਬੋਰਸ਼ਨਸ ਕਰਾਇਆ ਦੇਖੋ ਤੁਸੀਂ ਕਹੋਗੇ ਇੱਕ ਡਾਕਟਰ ਦੀ ਰਿਪੋਰਟ ਦਿਹਾਓ ਦੇਖੋ ਅੱਜ ਕੱਲ੍ਹ ਆਨਲਾਈਨ ਜ਼ਮਾਨਾ ਹੈ ਤੁਸੀਂ ਸਮਝਦਾਰ ਹੈਗੇ ਹੋ ਦੇਖੋ ਇਹ ਗੱਲ ਬਹੁਤ ਵੱਡੀ ਹੈ ਠੀਕ ਹੈ ਜਿਹੜੀ ਮੈਂ ਕਿਸੇ ਨੂੰ ਗਲਤੀ ਨਹੀਂ ਕਰਨਾ ਕੋਈ ਜਿਹੜੀ ਜਨਾਨੀ ਮੀਡੀਆ ਤੇ ਆ ਕੇ ਇਹ ਗੱਲ ਬੋਲ ਰਹੀ ਹੈ ਗੁੱਸਾ ਨਾ ਕਰਿਓ ਤਾਂ ਆਪਾਂ ਉਸ ਦਾ ਨਜ਼ਰੀਆ ਕੀ ਵੇਖਾਂਗੇ ਠੀਕ ਹੈ ਇਹ ਤੁਸੀਂ ਦੇਖੋ ਤੇ ਉਹ ਜਿਹੜਾ ਹੈ ਉਹਨਾਂ ਨੂੰ ਹੋਰ ਵੀ ਇਲਜ਼ਾਮ ਲਗਾਏ ਗਏ ਨੇ ਕਿ ਤੁਸੀਂ ਉਹਨਾਂ ਦੇ ਘਰ ਆ ਕੇ ਰਹਿੰਦੇ ਰਹੇ ਹੋ ਕਾਫੀ ਦਿਨ ਉਹਨਾਂ ਦੇ ਘਰ ਸਟੇ ਕੀਤਾ ਮੈਂ ਕਹਿੰਦਾ ਮੈਨੂੰ ਪ੍ਰੂਫ ਕਰ ਦੇ ਕਿ ਮੈਂ ਇੱਕ ਰਾਤ ਉਹਦੇ ਘਰ ਰਹਾ ਮੈਨੂੰ ਪ੍ਰੂਫ ਕਰ ਦੇ ਠੀਕ ਹੈ ਜਿਹੜਾ ਜੋ ਅਲੀਗੇਸ਼ਨ ਹੋਏਗਾ ਮੈਂ ਮਜੂਰ ਹੋਇਗਾ ਪਰ ਤੁਹਾਡੇ ਤੇ ਕਿਉਂ ਅਲੀਗੇਸ਼ਨ ਲਗਾ ਰਹੇ ਮੈਂ ਤੁਹਾਨੂੰ ਕਹਿ ਰਿਹਾ ਪੈਸੇ ਦਾ ਮੈਟਰ ਕੀ ਪੈਸੇ ਦਾ ਪੈਸਾ ਜੋ ਮੇਰੇ ਲੜਕਾ ਬਾਹਰ ਭੇਜਿਆ ਸੀ ਉਹਦੇ ਪੈਸੇ ਨੂੰ ਵਾਪਸ ਕਰ ਉਹਦਾ ਮੇਰੇ ਤੇ ਇਲਜ਼ਾਮ ਲਾਇਆ 2.5 ਲੱਖ ਰੁਪਏ ਮੇਰਾ ਬੇਟਾ ਲੈ ਮੈਂ ਕਹਾਂ ਤੂੰ 2.5 ਲੱਖ ਪ੍ਰੂਫ ਕਰ ਦੇ ਮੇਰੇ ਤੋਂ ਪੈਸੇ ਲੈ ਮੈਂ ਨਹੀਂ ਕਹਿ ਸਕਦਾ ਹੂੰ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਜੀ ਕਿ ਬਾਰ-ਬਾਰ ਧਮਕੀਆਂ ਵੀ ਦਵਾਉਂਦੇ ਨੇ ਮੈਨੂੰ ਕਿ ਮੈਂ ਤੁਹਾਡੇ ਨਾਲ ਤੁਹਾਨੂੰ ਮੈਂ ਜਾਨ ਤੋਂ ਮਾਰਦਾ ਹਾਂ ਤੁਹਾਡ ਨਾਲ ਇਸ ਤਰ੍ਹਾਂ ਕਰਾਂਗਾ ਦੇਖੋ ਕੁਸਣਾ ਕਰੋ ਮੇਰਾ ਤੁਸੀਂ ਪਹਿਲੇ ਬੈਕਗ੍ਰਾਉਂਡ ਦੇਖੋ ਮੇਰਾ ਬੈਕਗ੍ਰਾਉਂਡ ਦੇਖੋ ਫਿਰ ਅਸੀਂ ਗੱਲ ਕਰੀਏ ਅਸੀਂ ਉਹਦਾ ਬੈਕਗ੍ਰਾਉਂਡ ਵੇਖ ਕੇ ਫਿਰ ਆਪਾਂ ਗੱਲ ਕਰੀਏ ਮੈਂ ਕੋਈ ਬਦਮਾਸ਼ ਹੈਗਾ ਕੋਈ ਮੈਂ ਗੈਂਗਸਟਰ ਨਾ ਤਾਂ ਫਿਰ ਤਾਂ ਅਸੀਂ ਕਹੀਏ ਕਿ ਆਪਾਂ ਇਹ ਗੱਲਾਂ ਕਹਿੰਦੇ ਪਏ ਆ ਇਸ ਤੋਂ ਮੈਂ ਵੀ ਕਹਿੰਦਾ ਕਿ ਸੁਸਾ ਨਾ ਕੋਈ ਤੁਸੀਂ ਮੈਨੂੰ ਧਮਕੀ ਲਾਈ ਹੈ ਕਹਿੰਦੇ ਕੰਡਿਓ ਤੁਹਾਡਾ ਪ੍ਰੋਫੈਸ਼ਨਲ ਕੀ ਹੈ ਤੁਸੀਂ ਆਪਣੇ ਪ੍ਰੋਫੈਸ਼ਨਲ ਸਹੀਓ ਮੈਂ ਆਪਣਾ ਕੰਮ ਕਰਦਾ ਮੈਨੂੰ ਤਾਂ ਮੇਰੇ ਵੱਲ ਕੋਈ ਧਮਕੀ ਲਗਾਉਂਦਾ ਕੀ ਲਗਾਉਂਦਾ ਇਹ ਉਹਦੀ ਮਨਛਾ ਕੀ ਉਹਦੀ ਮਨਛਾ ਕੀ ਕੀ ਉਹਦਾ ਮੈਂ ਨਹੀਂ ਜਜਮੈਂਟ ਕਰ ਸਕਦਾ ਥਾਣੇ ਮੇਰੀ ਸੁਣਵਾਈ ਨਹੀਂ ਹੋ ਰਹੀ ਹਾਂਜੀ ਥਾਣੇ ਮੇਰੀ ਸੁਣਵਾਈ ਨਹੀਂ ਥਾਣੇ ਵੀ ਧਮਕੀਆਂ ਲਵਾਈਆਂ ਜਾਂਦੀਆਂ ਥਾਣੇ ਮੈਨੂੰ ਕਾਲ ਕਰਨ ਤੋਂ ਬਾਅਦ ਅੱਜ ਮੈਂ ਐਸਪੀ ਸਾਹਿਬ ਨੂੰ ਮਿਲ ਕੇ ਆਇਆ ਇਸ ਰਿਕਾਰਡਿੰਗ ਉਹਨਾਂ ਦੀ ਠੀਕ ਹੈ ਮੈਨੂੰ ਕਿਸੇ ਦਾ ਫੋਨ ਆਂਦਾ ਕਿ 7 ਲੱਖ ਦੇ ਦੇ ਤੇ ਤਰ੍ਹਾਂ ਰਫਾ ਰਫਾ ਕਰਦਾਂਗੇ ਜੀ ਤੁਹਾਨੂੰ ਹਾਂ ਜੀ ਇਹ ਮੇ ਕੋ ਰਿਕਾਰਡਿੰਗ ਸੈਗੀ ਮੈਂ ਪ੍ਰਸ਼ਾਸਨ ਵਿੱਚ ਦੇ ਦਿੱਤੀ ਹੈ ਪਰ ਉਹਦੇ ਵਿੱਚ ਵੇਖੋ ਜੇ ਮੈਂ ਆ ਗਿਆ ਤੁਹਾਨੂੰ ਕੀ ਕਿਹਾ ਗਿਆ ਤੁਹਾਨੂੰ ਐਕਚੁਅਲੀ ਇਹ ਕਿਹਾ ਗਿਆ ਕਿ ਜਿਸ ਤਰ੍ਹਾਂ ਕੋਈ ਇਹਦੇ ਨਾਲ ਕਿਸੇ ਕੋਈ ਥਰਡ ਬੰਦਾ ਫੋਨ ਕਰਦਾ ਇਹ ਨਾਮ ਦੇਤੇ ਕਿ ਇੰਨੇ ਪੈਸੇ ਦੇ ਦੇ ਤਰ੍ਹਾਂ ਸੇ ਰਫਾ ਰਫਾ ਕਰਦਾਂਗੇ ਜੇ ਮੈਂ ਸਹੀ ਹਾਂ ਮੈਂ ਫਿਰ ਮੀਡੀਆ ਗਿਆ ਜੇ ਮੈਂ ਸਹੀ ਜੇ ਮੈਂ ਗਲਤ ਹੁੰਦਾ ਮੈਂ ਪੈਸੇ ਕੇ ਸਾਈਡ ਚ ਹੋ ਜਾਂਦਾ ਸੀ ਮੈਂ ਸਹੀ ਹਾਂ ਮੈਂ ਤਾਂ ਖੜੋਤਾ ਮੇਰਾ ਪਰਿਵਾਰ ਮੇਨਾਂ ਖੜੋਤਾ ਮੈਂ ਇਸੇ ਲਈ ਖੜੋਤਾ ਆਪਣੀ ਥਾਂ ਵਿੱਚ ਸਟੈਂ ਜੇ ਇਹਨਾਂ ਦੀ ਮਨਛਾ ਕੀ ਹੈ ਇਸ ਚੀਜ਼ ਦਾ ਮੈਂ ਜੱਜਮੈਂਟ ਨਹੀਂ ਦੇ ਰਿਹਾ ਤੁਹਾਨੂੰ ਮੈਂ ਠੀਕ ਹੈ ਹੁਣ ਮੈਨਾਂ ਦਾ ਉਹਨਾਂ ਨੇ ਕੁਝ ਤੁਹਾਡੀ ਵੀਡੀਓ ਦਿਖਾਈ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਮੈਰਿਜ ਤੱਕਨ ਕੀਤੀ ਹੈ ਮੈਰਿਜ ਦੀ ਵੀਡੀਓਜ਼ ਤੱਕਨ ਉਹਨਾਂ ਨੇ ਦਿਖਾਈਆਂ ਮੰਦਰ ਦੇ ਵਿੱਚ ਹਾਂ ਹਾਂ ਜ਼ਰੂਰ ਕਿਉਂ ਮੈਰਿਜ ਕੌਣ ਕਰਾਂਦਾ ਇੱਕ ਮੌਲਵੀ ਕਰਾਂਦਾ ਇੱਕ ਇੱਕ ਗ੍ਰੰਥੀ ਕਰਾਂਦਾ ਜਾਂ ਪੰਡਿਤ ਕਰਾਂਦਾ ਠੀਕ ਹੈ ਕੋਈ ਮੈਰਿਜ ਇਹ ਨਹੀਂ ਹੈ ਕਿ ਅਸੀਂ ਰੋਟ ਰੋਟ ਜਲਦੀ ਲੜਕੀ ਨੂੰ ਫਾੜ ਲਿਆ ਤਾਂ ਮੈਰਿਜ ਹੋ ਗਈ ਮੇਰੇ ਦੇ ਨਾਲ ਠੀਕ ਹੈ ਉਹਨਾਂ ਨੇ ਕਹਿੰਦੇ ਮੰਦਰ ਦੇ ਵਿੱਚ ਜਿਹੜੀਆਂ ਹੈ ਵੀਡੀਓਜ਼ ਦਿਖਾਈਆਂ ਉਹਨਾਂ ਨੇ ਮੰਦਰ ਵਿੱਚ ਨਹੀਂ ਮੰਦਰ ਵਿੱਚ ਮੇਰੀ ਗੱਲ ਸਮੰ ਮੰਦਰ ਚ ਪੂਰੀ ਦੁਨੀਆ ਜਾਂਦੀ ਹੈ ਠੀਕ ਹੈ ਤੁਸੀਂ ਮੈਨੂੰ ਕੋ ਆ ਜਾਓ ਮੈਂ ਜਿੱਥੇ ਮੰਦਰ ਮੱਥਾ ਰੇਗ ਜਾਂ ਮੇਰੀ ਮਦਦ ਦੇ ਮੰਦਰ ਮੰਦਰ ਮੱਥਾ ਟੇਕੀ ਹੈ ਠੀਕ ਹੈ ਤੇ ਹੁਣ ਉਹਦੀ ਕੀ ਮਨਛਾ ਹੈ ਕੀ ਮੈਨੂੰ ਤਾਂ ਪਤਾਗਾ ਬਿਲਕੁਲ ਮੰਦਰ ਪੂਰੀ ਦੁਨੀਆ ਦੀ ਮੰਦਰ ਜਾਣਾ ਜ਼ੁਲਮ ਹੋ ਗਈ ਜੇ ਮੈਨੂੰ ਕਿਸੇ ਨੇ ਫੋਨ ਕੀਤਾ ਕਿ ਅੰਮੀ ਤੂੰ ਮੈਂ ਮੰਦਰ ਚ ਹੈਗੀ ਆ ਤੂੰ ਕਿੱਥੇ ਹੈਂਗਾ ਚੱਲ 2 ਮਿੰਟ ਮੈਨੂੰ ਕੋ ਆਏ ਮੈਂ ਪੇਮੈਂਟ ਫੜਾ ਜਾ ਜਾਂ ਲੈ ਜਾ ਜਾਂ ਇੱਥੇ ਆ ਜਾ ਮੈਂ ਆ ਗਿਆ ਚਲਾ ਗਿਆ ਹੁਣ ਇਹਦੇ ਵਿੱਚ ਮੈਂ ਆਪਣੀ ਪਰਜਾਈ ਨਾ ਮੰਦਰ ਜਾਣਾ ਮੈਂ ਆਪਣੇ ਸਟਾਫ ਨਾਲ ਮੰਦਰ ਜਾਣਾ ਜਾਂ ਆਪਣੀ ਮਾਂ ਨਾਲ ਜਾਣਾ ਜਾਂ ਕਿਸੇ ਨਾਲ ਜਾਣਾ ਇਹ ਤਾਂ ਜੋ આરોਪ ਲੱਗ ਰਹੇ ਨੇ ਤੁਹਾਡੇ ਤੇ ਉਹਨੇ ਬਾਰੇ ਕੀ ਕਹੋਗੇ ਇੱਕ ਸਿੰਗਲ ਲਾਈਨ ਇਹਦੀ ਸਿੰਗਲ ਲਾਈਨ ਹੈ ਕਿ ਜਿਹੜੇ આરોਪ ਹੈ ਉਹ ਬੇਮਨਵਾ ਦੇਗੀ ਇਹ ਮੈਂ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਵਾਹ ਦੱਸਿਆ ਕਿ ਅਲਰਟ ਕੀਤਾ ਗਿਆ ਠੀਕ ਹੈ ਕਿ ਇਹ ਇੱਕ ਇਹ ਕੀ ਸਿਸਟਮ ਹੈ ਗਣਾ ਤਾਂ ਕੀ ਇਸ ਚੀਜ਼ ਮੈਨੂੰ ਨੌਲੇਜ ਨਹੀਂ ਗਈ ਕਿਉਂਕਿ ਇਹ ਮੈਨੂੰ ਐਕਚੁਅਲੀ ਹਰਾਸ ਕੀਤਾ ਜਾ ਰਿਹਾ ਕਾਫੀ ਟਾਈਮ ਤੋਂ ਕਾਫੀ ਟਾਈਮ ਹਰਾਸ ਕੀਤਾ ਜਾ ਰਿਹਾ ਕਿਉਂਕਿ ਮੈਂ ਇਸ ਚੀਜ਼ ਨੂੰ ਤਾਂ ਇਗਨੋਰ ਕਰਦਾ ਰਿਹਾ ਕਿ ਚਲੋ ਕੋਈ ਗੱਲ ਨਹੀਂ ਟਾਈਮ ਨਿਕਲ ਜਾਏਗਾ ਟਾਈਮ ਲੱਗੇਗਾ ਜਦੋਂ ਪਾਣੀ ਸਿਰੋ ਟਪ ਜਾਂਦਾ ਫਿਰ ਸਾਨੂੰ ਆਪਣੀ ਆਵਾਜ਼ ਚੁਕਣੀ ਪੈਂਦੀ ਹੈ ਸ਼ੁਕਰੀਆ ਤਾਂ ਇਸਨ ਅਮਿਤ ਕੁਮਾਰ ਜੀ ਨਾਲ ਦੇ ਉੱਤੇ ਵੱਡੇ આરોਪ ਜਰੇ ਨੇ ਉਸ ਮਹਿਲਾ ਵੱਲੋਂ ਲਗਾਏ ਗਏ ਸੀ ਤਾਂ ਉਹਨਾਂ ਸਾਰੇ ਸਵਾਲਾਂ ਦਾ ਬੇਬਾਕ ਤਰੀਕੇ ਨਾਲ ਜਵਾਬ ਦਿੰਦੇ ਨਜ਼ਰ ਆਏ ਨਹੀਂ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਿਰਫ ਪੈਸੇ ਦਾ ਇੱਕ ਲੈਣ ਦੇਣ ਸੀ ਕਿਉਂਕਿ ਉਸ ਦਾ ਬੇਟਾ ਬਾਹਰ ਭੇਜਿਆ ਸੀ ਉਸ ਦਾ ਕੋਈ ਵਿਵਾਦ ਪੈ ਗਿਆ ਸੀ ਤੇ ਇਸ ਤੋਂ ਇਲਾਵਾ ਜਿਹੜੇ ਇੱਕ ਔਰਤ ਦੇ ਉੱਤੇ ਜਸਮਾਨੀ ਸ਼ੋਸ਼ਣ ਦੀ ਗੱਲ ਕੀਤੀ ਜਾ ਰਹੀ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਨਹੀਂ ਹੈ ਤਾਂ ਉਹ ਬਿਲਕੁਲ ਸੱਚੇ ਨੇ ਪਰ ਜਿਸ ਤਰ੍ਹਾਂ ਮਹਿਲਾ ਵੱਲੋਂ ਰੋਪ ਲਗਾਏ ਗਏ ਨੇ ਤਾਂ ਫਿਲਹਾਲ ਮਾਮਲਾ ਪੁਲਿਸ ਦੀ ਕਸਟਡੀ ਚ ਹੈ ਕੁਨ ਸਾਚ ਪੁਲਿਸ ਸਾਹਮਣੇ ਲੈ ਕੇ ਆ ਗਈ ਲੇਕਿਨ ਸਿੱਧੇ ਤੌਰ ਤੇ ਸਾਰੇ ਸਵਾਲਾਂ ਦੇ ਬਾਕੀ ਦੇ ਜਵਾਬ ਦਿੰਦੇ ਹੋ ਨਜ਼ਰ ਆਏ ਨਹੀਂ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ